ਤਾਂ ਸਾਡਾ ਕੰਮ ਆ ਜਨਾਬ ਤੁਸੀਂ ਨੂੰ ਲੈ ਕੇ ਘਰ ਜਾਣਾ ਵਾ ਤੇ ਬੜੀ ਖੁਸ਼ੀ ਦੀ ਗੱਲ ਆ ਭਾਈ ਦੀ ਸ਼ਾਦੀ ਆ ਉਹਨਾਂ ਕਹਿੰਦਾ ਦੋ ਤਿੰਨ ਦਿਨ ਕਢਾਓ ਤੇ ਫਿਰ ਇਹਨੂੰ ਕਾੜੇ ਭੇਜਿਓ ਠੀਕ ਹੈ ਇਹ ਬਲੈਕ ਫੀਮੇਲ ਆ ਜੀ ਆਪਣੇ ਕੋਲ ਆ ਗਈ ਆ ਇਹਨੂੰ ਲੈ ਕੇ ਜਾ ਰਹੇ ਹੁਣ ਰਿਕਸ਼ੇ 'ਚ ਪਾਉਂਦੇ ਹਾਂ ਤੇ ਰਿਕਸ਼ੇ 'ਚ ਪਾ ਕੇ ਤੇ ਘਰ ਲੈ ਕੇ ਜਾਂਦੇ ਹਾਂ ਉਸਮਾਨ ਭਾਈ ਦਾ ਵਰਡ ਚੈਨਲ ਆ ਵੀਲੌਗ ਬਣਾਉਂਦੇ ਆ ਪਰਿੰਦਿਆਂ ਦੇ ਅਤੇ ਉਸ ਚੈਨਲ ਦੇ ਥਰੂ ਸਾਡੀ ਸਲਾਮ ਦੋ ਬਣੀ ਸੀਗੀ ਉਹਨਾਂ ਕਹੇ ਰਸਲਾਮ ਸਾਹਿਬ ਤੁਹਾਡੀ ਇੱਕ ਡਿਊਟੀ ਆ ਅਤੇ ਬੜਾ ਔਖਾ ਹੀ ਬੜੀ ਮੁਸ਼ਕਿਲ ਪਹੁੰਚੇ ਹਾਂ ਸ਼ੁਕਰ ਆ ਗੱਡੀ ਵੀ ਟਾਈਮ 'ਤੇ ਪਹੁੰਚ ਗਈ ਅਤੇ ਮੈਂ ਵੀ ਇੱਧਰ ਆਪਣਾ ਟਾਈਮ 'ਤੇ ਆ ਗਿਆ ਇੱਕ ਜਨਾਜ਼ਾ 'ਚ ਫੌਤ ਕੀ ਹੋ ਗਈ ਉੱਧਰ ਚਲਾ ਗਿਆ ਦੱਸਿਆ ਸੀ ਉਹਨਾਂ ਨੂੰ ਅਤੇ ਇਹ ਜੀ ਹੁਣ ਫੀਮੇਲ ਲੱਗੇ ਰਿਕਸ਼ੇ 'ਚ ਪਾਉਣ ਅਤੇ ਫਿਰ ਤੁਹਾਨੂੰ ਚੈੱਕ ਕਰਾਉਂਦੇ ਹਾਂ ਜਿਹੜੇ ਕਿ ਦੋਸਤ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰ ਦਿਓ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਬਾਕੀ ਜਦੋਂ ਲੈ ਕੇ ਜਾਵਾਂਗੇ ਆਪਣੇ ਡੇਰੇ ਲਾਵਾਂਗੇ ਉੱਥੇ ਜਾ ਕੇ ਤੁਹਾਨੂੰ ਵੀਡੀਓ ਦੀ ਚੈੱਕ ਕਰਾਵਾਂਗੇ ਹੁਣ ਫਿਲਮ ਅਗਰ ਰਿਕਸ਼ੇ 'ਚ ਬੰਨੀਆਂ ਤਾਂ ਨਿਕਲੀਏ ਚਾਚੇ ਨੇ ਸਾਡਾ ਇੰਤਜ਼ਾਰ ਕਰ ਰਿਹਾ ਹੱਥ ਲਾ ਦਿਓ ਮਾੜਾ ਜਿਹਾ ਚਾਚੇ ਨੇ ਸਾਡਾ ਇੰਤਜ਼ਾਰ ਕਰ ਰਿਹਾ ਕਿ ਚੱਲੀਏ ਬੰਨੀਆਂ ਦੇਖੀਏ ਲਾ ਲਈ ਜੀ ਰਿਕਸ਼ੇ ਦੇ ਵਿੱਚ ਟਾਪੇ 'ਚ ਰੱਖ ਕੇ ਨਾ ਬੜੀ ਪਿਆਰੀ ਬੜੀ ਐਕਟਰ ਫੀਮੇਲ ਹੈਗੀ ਹੈ ਠੀਕ ਹੈ ਅਤੇ ਇਹ ਲੈ ਕੇ ਜਾ ਰਹੇ ਹਾਂ ਸਮਾਨ ਭਾਈ ਵਾਸਤੇ ਇਹ ਇਹ ਲੱਗ ਗਿਆ ਜੀ ਰਿਕਸ਼ਨ ਤਾਲਾ ਉਹ ਖੜਾ ਮੇਰਾ ਮੋਟਰਸਾਈਕਲ ਅਸੀਂ ਹੁਣ ਜਾਵਾਂਗੇ ਇਕੱਠੇ ਇਕੱਠੇ ਚਲੋ ਚਾਚਾ ਜੀ ਅੱਲਾ ਦੇ ਵਾਲੇ ਹੋਈਏ ਫਿਰ ਨਹਿਰੋ ਨਹਿਰ ਜਾਣਾ ਜੀ ਆਪਾਂ ਇਹ ਰਿਕਸ਼ਾ ਜੀ ਆ ਰਿਹਾ ਠੀਕ ਹੈ ਰਿਕਸ਼ਾ ਪਹੁੰਚਣ ਵਾਲਾ ਜੀ ਪਹਿਲਾਂ ਤੂੰ ਬਣਾ ਵੀਡੀਓ ਫੜ ਜੀ ਆ ਜੀ ਬਾਬਾ ਨਹੀਂ ਪਹੁੰਚ ਗਿਆ ਜੀ ਠੀਕ ਹੈ ਉਹ ਮੈਂ ਨਾ ਵਾਪਸ ਫੇਰ ਮੁੜ ਗਿਆ ਸੀ ਮੈਂ ਪਤਾ ਨਹੀਂ ਪੈਰ ਨੂੰ ਕੁਝ ਹੋ ਗਿਆ उतार लई ठीक है समान भाई वास्ते फीमेल मंगाई जी जी लैके जा जे अपना आई है सरगोधे तो मैं चेक करावा सरगोधे तो हुण अपने कोल पहुंच गई है ठीक है ਅਤੇ ਇਹ ਜੀ ਲੈ ਕੇ ਰਿਕਸ਼ੇ 'ਤੇ ਤੁਹਾਡੇ ਸਾਹਮਣੇ ਹੁਣ ਅਸੀਂ ਆ ਗਏ ਹਾਂ ਜੀ ਠੀਕ ਹੈ ਜੀ ਜਿਹੜੇ ਕਿਸੇ ਦੋਸਤ ਵੀ ਨੂੰ ਵੀਡੀਓ ਅੱਛੀ ਲੱਗੀ ਲਾਈਕ ਕਰ ਦਿਓ ਤੁਹਾਨੂੰ ਇੱਕ ਵੀਡੀਓ ਦੀ ਹੋਰ ਬਣਾ ਕੇ ਦਿਖਾਵਾਂਗੇ ਇਹ ਸਮਾਨ ਭਾਈ ਵਾਸਤੇ ਉਕਾੜੇ ਵਾਲੇ ਲਈਏ ਇਹ ਖੁਦ ਹੀ ਉਹਨਾਂ ਨੇ ਲਈ ਸੀਗੀ ਸਾਡਾ ਸਿਰਫ ਕੰਮ ਅਸੀਂ ਲੈ ਕੇ ਆਪਣੇ ਕੋਲ ਰੱਖਣੀ ਆ ਅਤੇ ਇੱਥੋਂ ਅਸੀਂ ਅੱਗੇ ਗਾਂ ਪਹੁੰਚਾਉਣੀ ਆ ਇਜਾਜ਼ਤ ਦੇ ਆਪਣੇ ਵੀਰ ਨੂੰ ਮਿਲੇਗੀ ਨਵੀਂ ਵੀਡੀਓ ਨਾਲ ਫਿਰ ਇਹਨੂੰ ਬੰਨ ਲਈਏ ਫਿਰ ਅੱਲਾ ਹਾਫਿਜ਼।